ਜੀ ਪੇਸ਼ੈਂਟ ਬਿਰਜੂ ਸਾਡੇ ਕੋਲ ਅੱਜ 2 ਵਜੇ ਪੇਸ਼ੈਂਟ ਜਿਹੜਾ ਆਇਆ ਹੈਗਾ ਐਮਰਜੈਂਸੀ ਦੇ ਵਿੱਚ, ਅਤੇ ਇਹ ਪੇਸ਼ੈਂਟ ਜਿਹੜਾ ਹੈਗਾ ਕੈਰ ਵਾਲੀ ਕੋਈ ਜਿਹੜੀ ਹੈਗੀ ਆ ਰਾਈਸ ਮਿੱਲ, ਨੰਦਾ ਰਾਈਸ ਮਿੱਲ ਆ, ਉੱਥੋਂ ਆਇਆ। ਇਸ ਨੇ ਦੇਖਿਆ ਹੈਗਾ ਇਹਨੂੰ ਕਿਸੇ ਸੱਪ ਨੇ ਕੱਟਿਆ ਹੈਗਾ, ਜੋ ਹਸਪਤਾਲ ਲਾਉਣ 'ਤੇ ਪਤਾ ਲੱਗਾ ਇਹਦੇ ਫੈਂਗ ਮਾਰਕ ਬਿਲਕੁਲ ਕਟਾਈ ਦੇ ਨਿਸ਼ਾਨ ਹੈਗੇ 2। ਸਾਡੇ EMO ਨੇ ਜਿਹੜੀ ਇਹਨੂੰ ਹਿਸਟਰੀ ਲਈ ਆ, ਹਿਸਟਰੀ ਦੇ ਵਿੱਚ ਕੋਈ ਖਾਸ ਨਹੀਂ, ਸਿਰਫ ਇੱਕ ਚੱਕਰ ਦੀ ਹਿਸਟਰੀ ਦੇ ਰਿਹਾ ਹੈਗਾ, ਇੱਕ ਚੱਕਰ ਦੀ ਹਿਸਟਰੀ ਦੇ ਰਿਹਾ, ਮੈਨੂੰ ਚੱਕਰ ਆਉਂਦੇ ਆ। ਅਤੇ ਅਦਰਵਾਈਜ਼ ਉਹ ਤੋਂ ਬਾਅਦ ਮੈਨੂੰ ਇਨੀਸ਼ੀਅਲ ਫਸਟ ਏਡ ਦੇਣ ਤੋਂ ਬਾਅਦ ਮੈਡੀਕਲ ਪਹਿਲਾਂ ਦੇਖ ਲਿਆ, ਤਾਂ ਅਸੀਂ ਇਹਨੂੰ ਜਿਹੜੀ ਸਨੇਕ ਦੀ ਜਿਹੜੀ ਜਿਹੜੀ ਉਹ ਬਿਨਮ ਜਿਹੜਾ ਹੈਗਾ ਐਂਟੀ ਸਨੇਕ ਬਿਨਮ ਉਹ ਦਿੱਤਾ। ਪੇਸ਼ੈਂਟ ਠੀਕ ਹੈ ਬਿਲਕੁਲ। ਮੈਂ ਜਬ ਮੈਂ ਗਿਆ ਥਾ ਬਣਨ ਜਨਾ ਜਨਾਵਨ ਖਿੱਚਣੇ ਕੇ ਲੀਏ, ਜਿਸੇ ਡੰਡਾ ਮੈਂ ਪਕੜਿਆ ਨਾ, ਉਸ ਟਾਈਮ ਮੇਰੇ ਕੋ ਡਸ ਕੇ ਵੋ ਪਿੱਛੇ ਪਿੱਛੇ ਹੋ ਗਿਆ ਵੋ। ਕਿਆ ਥਾ ਉਹ? ਸਾਫ ਹੀ ਥਾ, ਜ਼ਹਿਰੀਲਾ ਥਾ। ਹਾਂ, ਪੀਲਾ ਜਿਹਾ ਸਾਫ ਥਾ, ਕਾਟ ਕੇ ਵੋ ਸੈਡ ਹੋ ਗਿਆ। ਕਹਾਂ ਕੇ ਰਹਿਣੇ ਵਾਲੇ ਹੋ? ਹਮ ਬਿਹਾਰ ਕੇ ਰਹਿਣੇ ਵਾਲੇ, ਪੂਰਾ ਜ਼ਿਲ੍ਹਾ ਕਾ। ਯਹਾਂ ਕਿਆ ਕੰਮ ਕਰਤੇ? ਮੈਂ ਮਜ਼ਦੂਰੀ ਕਰਤੇ ਹਾਂ ਬਾਹਰ ਮੈਂ। ਤੋ ਉਸਕੇ ਬਾਅਦ ਮੈਂ ਆਪਕੋ ਹਸਪੀਟਲ ਕੌਣ ਲੈ ਕੇ ਆਇਆ? ਵਹੀਂ ਸੇ ਮਜ਼ਦੂਰ ਯਹਾਂ ਕਰਦੇ ਥੇ ਕੰਮ, ਤੋ ਵਹੀਂ ਸੇ ਲੈ ਕੇ ਆਇਆ ਗਿਆ, ਮੇਰੇ ਆਰ ਦੋਸਤ ਹੈ ਵਹੀਂ ਲੈ ਕੇ ਆਇਆ। ਤੋ ਜਬ ਆਪ ਤੋ ਆਏ ਥੇ ਤਬ ਆਪਕੀ ਹਾਲਤ ਕੈਸੀ ਥੀ? ਉਸ ਟਾਈਮ ਪੂਰਾ ਹਮ ਬੁਰੀ ਹਾਲਤ ਮੇਂ ਥੇ, ਜਿਸੇ ਮੇਰੇ ਕੋਈ ਦਵਾਈ ਦਿਆ ਨਾ, ਉਸ ਟਾਈਮ ਸੇ ਮੈਂ ਠੀਕ ਹੈ ਥੋੜ੍ਹਾ ਬਹੁਤ। ਅਬ ਥੋੜ੍ਹਾ ਫਰਕ ਪਟਕ ਰਹੇ? ਹਾਂ, ਹਮਕੋ ਦਿਖ ਰਹਾ ਹੈ ਕਿ ਹਮ ਠੀਕ ਹੈ ਅਭੀ।